ਚਾਚਾ ਜੀ ਇਹ ਦੱਸੋ ਬਈ ਇਹ ਜਿਹੜਾ ਗੋਦਲਾਂ ਦੇ ਮਸ਼ਹੂਰ ਜਾਮਨ ਹੈ ਜਾਮਨ ਬੜੇ ਮਸ਼ਹੂਰ ਹਨ ਜਿਹੜਾ ਜਾਮਨ ਹੈ ਨਾ ਸਾਡੇ ਅੱਡੇ ਦਾ ਜੀ ਜੀ ਇਹ ਜਾਮਨ ਇਹ ਥੋੜੇ ਨਾਲ ਲੱਪੜ ਸੀ ਕੋਈ ਅਪੜ ਸੀ ਕੋਈ ਅਪੜ ਸੀ ਇਸ ਜਾਮਨ ਇਸ ਜਾਮਨ ਨੂੰ ਹਾਂ ਇਹ ਅਸੀਂ ਮੰਨਿਆ ਹਾਂ ਕਿਉਂ ਇਬਤਦਾ ਕੀਤੀ ਗਈ ਇਸ ਇਹਦੀ ਇਬਤਦਾਤ ਹੋਈ ਆਈ ਹਾਜੀ ਸਦੀਕ ਆ ਹਾਜੀ ਸਦੀਕ ਆਈ ਹਾਂ ਕੁਭਾਰ ਆ ਕੁਭਾਰ ਅੱਛਾ 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 ਉਹ ਕੋਈ ਸਿੱਖ ਦਾ ਬੱਚਾ ਪਾਵਲੀਆਂ ਮੁੰਗੇ ਦੇ ਨਾਂ ਦੇ ਖੋਲੋ ਅੱਛਾ ਵਾ ਤੋਂ ਸ਼ੁਰੂ ਕਰ ਦੇ ਚਲੇ ਲੈ ਤਕੜ ਹੋ ਗਿਆ ਉਹ ਬਸ ਸਦੀਕ ਕੁਭਾਰ ਮਸ਼ਹੂਰ ਹੋ ਗਿਆ ਹੁਣ ਵੀ ਸਦੀਕ ਚੱਲਦਾ ਪਿਆ ਸਦੀਕ ਆਣੇ ਹੋਰ ਤਰ ਤੇ ਚਲੋ ਬਾਈ ਹੋਰ ਤਰ ਹਾਜੀ ਸਦੀਕ ਸਾਹਿਬ ਤੁਹਾਡੇ ਦਾਦਾ ਜੀ ਹਾਂ ਹਾਜੀ ਮੁਹੰਮਦ ਸਦੀਕ ਸਾਹਿਬ ਤੇ ਉਹਨਾਂ ਤਕਰੀਬਨ ਕਿਤਨਾ ਅਰਸਾ ਪਹਿਲੇ ਇਹ ਸ਼ੁਰੂ ਇਹ
یعنی دوستو لگ بگ 50 سال ہو گیا ہے گوندل دے مشہور گلاب جامن اور سارے بھائی رحمت اللہ صاحب انہاں دے دادا جی مرحوم حاجی صدیق 50 سال پہلے انہاں اے کام شروع کیتا مٹھائی والا اور دیکھ لو اج پورے پاکستان وچ جتھے جتھے گوندل نال وابستہ لوگ ہیں او How many years have you been here? I have a matrix. ਜਾਮਨ ਅੱਛਾ ਬਣਦਾ ਹੈ ਸਾਫ ਬਣਦਾ ਹੈ ਗੋਲ ਬਣਦਾ ਹੈ ਔਰ ਉਹਦੇ ਕੰਮ ਵਿੱਚ ਤੇਜ਼ੀ ਵੀ ਆਉਂਦੀ ਔਰ ਖੂਬਸੂਰਤੀ ਵੀ ਆਉਂਦੀ ਉਹ ਵੀ ਇਹਨਾਂ ਦੇ ਜਿਹੜੇ ਦੋ ਭਾਈ ਹੈ ਰਹਿਮਤੁੱਲਾ ਸੈਫੁੱਲਾ ਸਫਾਈ ਵੀ ਆਉਂਦੀ ਹੋਈ ਜੀ ਤੇਜ਼ੀ ਵੀ ਹੋਈ ਤੇਜ਼ੀ ਵੀ ਗੁਲਾਈ ਵੀ ਠੀਕ ਹੋ ਗਈ ਖੂਬਸੂਰਤੀ ਹੋ ਗਈ ਤੇ ਮਸ਼ੀਨ ਲੈਣ ਔਰ ਵਕਤ ਦੇ ਨਾਲ ਨਾਲ ਇਹ ਅੱਛੀ ਵੀ ਹੈ ਹਾਂ ਅੱਛੀ ਹੈ ਸਾਫ ਸੁਥਰਾ ਕੰਮ ਜੋ ਹੈ ਲਾਈਵ ਹੈ ਸਾਹਮਣੇ ਸਾਫ ਸੁਥਰਾ ਵਰਨਾ ਲੋਕ ਮਿਠਾਈ ਦੇ ਨਾਂ ਤੋਂ ਆਮ ਤੌਰ ਤੇ ਥੋੜ੍ਹੀ ਜਿਹੀ ਡਰਦੇ ਵੀ ਉਹ ਲੇਕਿਨ ਆ ਤੁਹਾਡੇ ਸਾਹਮਣੇ ਸਭ ਕੁਝ ਸਾਫ਼ ਸੁਥਰਾ ਖਾਲਿਸ ਦੁਬਾਰਾ ਦੋਸਤੋ ਇਹ ਕਈ ਵੀ ਖਾਸ ਗੱਲ ਹੈ ਵੀ ਇਤਨੀ ਅੱਛੀ ਖਾਲਿਸ ਚੀਜ਼ ਔਰ ਰੇਟ ਬੜਾ ਮੁਨਾਸਿਬ ਮਾਰਕੀਟ ਜਿਹੜਾ ਹੈ ਮਾਰਕੀਟ ਵਿੱਚ ਮਿਠਾਈ ਦਾ ਰੇਟ ਹੈ ਉਸ ਤੋਂ ਹਮੇਸ਼ਾ ਇਹਨਾਂ ਦਾ 100-150 ਘੱਟ ਹੀ ਰਿਹਾ ਅਤੇ ਉਹਦੇ ਬਾਰੇ ਭਾਈ ਰਹਿਮਤੁੱਲਾ ਸਿੰਦਰ ਵੀ ਇਹਦੇ ਕੇ ਰਾਜ਼ ਇਹ ਵੀ ਰੇਟ ਜਿਹੜਾ ਹੈ ਇਤਨੀ ਅੱਛੀ ਖਾਲਸ ਚੀਜ਼ ਦਾ ਮਤਲਬ ਸ਼ਹਿਰੋਂ ਲਵੀਏ ਸ਼ਹਿਰੋਂ ਨਹੀਂ ਉਹ ਚੀਜ਼ ਜਿਹੜੀ ਹੈ ਮੇਰੇ ਖਿਆਲ 700-800 ਰੁਪਏ ਦਾ ਕਿਲੋ ਹੈ ਅਤੇ ਇੱਥੇ ਹਾਲਾਂ ਵੀ ਜਿਹੜਾ ਰੇਟ ਹੈ ਉਹ 400 ਰੁਪਏ ਯਾਨੀ ਤੁਸੀਂ ਵੇਖ ਲਓ ਦੋਵਾਂ ਦਾ ਫਰਕ ਹੈ ਔਰ ਚੀਜ਼ ਬਿਲਕੁਲ ਖਾਲਸ ਉਹਦੇ ਵਾਸਤੇ ਭਾਈ ਰਹਿਮਤੁੱਲਾ ਇਹ ਦੱਸਿਆ ਵੀ ਕਿਉਂਕਿ ਸਾਡੇ ਕੋਲ ਖਰਚੇ ਕੰਮ ਨੇ ਸ਼ਹਿਰਾਂ ਦੀ ਨਿਸਬਤ ਇਹ ਮਾਸ਼ਾਅੱਲਾ ਮਿਹਨਤ ਆਪ ਕਰਦੇ ਨੇ ਔਰ ਆਪ ਹੀ ਕਾਰੀਗਰ ਹਨ ਆਪ ਸਾਰਾ ਦਿਨ ਨਾਲ ਨਾਲ ਕਰਦੇ ਨੇ ਇਸ ਵਾਸਤੇ ਇਹ ਜਿਹੜੀ ਉਹ ਆਪਣੀ ਮਿਹਨਤ ਜਿਹੜੀ ਹੈ ਉਹਦਾ ਫਾਇਦਾ ਇਹ ਆਪਣੇ ਮਕਾਮੀ ਜਿਹੜੇ ਲੋਕ ਹਨ ਵਸੇਬ ਹੈ ਉਹਨਾਂ ਉਹਦਾ ਫਾਇਦਾ ਲੈਂਦੇ ਔਰ ਰੇਟ ਇਸ ਤੋਂ ਮੁਨਾਸਿਬ ਹੈ ਪੀਰ ਮਾਲ ਜਾ ਰਹੇ ਹਾਂ ਜੀ ਸਾਡੀ ਸ਼ਾਦੀ ਉੱਥੇ ਉਹ ਇੱਥੋਂ ਅਸੀਂ ਮਠਿਆਈ ਗਿਫਟ ਲੈ ਕੇ ਪੀਰ ਮਾਲ ਫੈਸਲਾਬਾਦ ਟੋਬਾ ਟੇਕ ਸਿੰਘ ਇਹ ਉੱਥੇ ਜਾ ਟੋਬਾ ਟੇਕ ਸਿੰਘ ਦੀ ਤਹਿਸੀਲ ਹੈ ਪੀਰ ਮਾਲ ਉੱਥੇ ਜਾ ਰਹੇ ਕੇਵੀ ਜਾਮਨ ਬਹੁਤ ਚਾਹ ਸਾਲ ਮਜ਼ੇਦਾਰ ਹੁੰਦੇ ਨੇ ਯਾਨੀ ਮੂੰਹ ਵਿੱਚ ਪਾਇਆ ਹੀ ਸਿੱਧਾ ਅੰਦਰ ਹੀ ਠੀਕ ਹੈ ਯਾਨੀ ਠੀਕ ਹੋ ਗਿਆ ਠੀਕ ਹੋ ਗਿਆ یعنی خالص ہوتے ہیں بہترین خالص ایک نمبر ایک نمبر